ਪਿਆਰੇ ਬੱਚਿਓ ਅੱਜ ਆਪਾਂ ਕਰਨ ਜਾ ਰਹੇ ਹਾਂ ਨੈਸ ਅਭਿਆਸ 19 ਜਮਾਤ ਤੀਸਰੀ ਸਭ ਤੋਂ ਪਹਿਲਾਂ ਕਰਾਂਗੇ ਵਿਸ਼ਾ ਪੰਜਾਬੀ ਆਓ ਦੇਖਦੇ ਹਾਂ ਅੱਜ ਦੀ ਇਸ ਅਭਿਆਸ ਸ਼ੀਟ ਵਿੱਚ ਸਾਨੂੰ ਕੀ ਦਿੱਤਾ ਗਿਆ ਹੈ ਅੱਜ ਦੀ ਇਸ ਅਭਿਆਸ ਸ਼ੀਟ ਦੇ ਵਿੱਚ ਸਾਨੂੰ ਇੱਕ ਸੂਚੀ ਦਿੱਤੀ ਗਈ ਹੈ ਜਦੋਂ ਅਸੀਂ ਇਸ ਸੂਚੀ ਨੂੰ ਦੇਖਾਂਗੇ ਤਾਂ ਇਸ ਦੇ ਵਿੱਚ ਚਾਰ ਕਾਲਮ ਦਿੱਤੇ ਗਏ ਹਨ ਸਭ ਤੋਂ ਪਹਿਲੇ ਕਾਲਮ ਦੇ ਵਿੱਚ ਸਾਨੂੰ ਲੜੀ ਨੰਬਰ ਦਿੱਤੇ ਗਏ ਹਨ ਦੂਸਰੇ ਕਾਲਮ ਦੇ ਵਿੱਚ ਵਿਸ਼ਾ ਜਾਂ ਪਾਠ ਦਾ ਨਾਮ ਦਿੱਤਾ ਗਿਆ ਹੈ ਤੀਸਰੇ ਕਾਲਮ ਦੇ ਵਿੱਚ ਵੰਗੀ ਜਾਂ ਦੱਸਿਆ ਗਿਆ ਹੈ ਕਿ ਇਹ ਜਿਹੜਾ ਪਾਠ ਹੈ ਇਹ ਕਵਿਤਾ ਹੈ ਜਾਂ ਕਹਾਣੀ ਹੈ ਤੇ ਚੌਥੇ ਕਾਲਮ ਦੇ ਵਿੱਚ ਸਾਨੂੰ ਪੰਨਾ ਨੰਬਰ ਦਿੱਤਾ ਗਿਆ ਹੈ ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜੇ ਕੋਈ ਪਾਠ ਕਿਹੜੇ ਪੇਜ ਤੋਂ ਸ਼ੁਰੂ ਹੋ ਰਿਹਾ ਹੈ ਆਓ ਬੱਚਿਓ ਇਸ ਸੂਚੀ ਦੀ ਮਦਦ ਦੇ ਨਾਲ ਆਪਾਂ ਦਿੱਤੇ ਗਏ ਪ੍ਰਸ਼ਨਾਂ 'ਤੇ ਸਹੀ ਉੱਤਰ ਦੀ ਚੋਣ ਕਰੀਏ ਪਹਿਲਾ ਕੁਐਸਚਨ ਹੈ ਪਾਠ ਦੋਸਤੀ ਕਿੰਨੇ ਪੰਨਾ ਨੰਬਰ ਤੋਂ ਸ਼ੁਰੂ ਹੁੰਦਾ ਹੈ ਇਸ ਦਾ ਉੱਤਰ ਜਾਣਨ ਲਈ ਅਸੀਂ ਸੂਚੀ ਨੂੰ ਦੇਖਾਂਗੇ ਗੱਲ ਕਰ ਰਿਹਾ ਜੀ ਪਾਠ ਦੋਸਤੀ ਦੀ ਅਸੀਂ ਇਸ ਪਾਠ ਦੇ ਕੋਲ ਚਲੇ ਜਾਵਾਂਗੇ ਪਾਠ ਦੋਸਤੀ ਕਿੰਨਾ ਨੰਬਰ ਪੰਨਾ ਤੇ ਆ ਇਸ ਦੇ ਸਾਹਮਣੇ ਅਸੀਂ ਦੇਖਾਂਗੇ ਇਹ ਪੰਨਾ ਨੰਬਰ 11 ਤੋਂ ਸ਼ੁਰੂ ਹੋ ਰਿਹਾ ਹੈ ਇਹਦਾ ਮਤਲਬ ਸਾਡਾ ਸਹੀ ਆਨਸਰ ਇਹੜਾ ਹੋਏਗਾ ਅਸੀਂ ਇਸ ਨੂੰ ਸਰਕਲ ਕਰ ਦਵਾਂਗੇ। ਕੁਐਸਚਨ 2 ਲੜੀ ਨੰਬਰ 3 ਤੇ ਕਿਹੜਾ ਪਾਠ ਹੈ? ਹੁਣ ਗੱਲ ਹੋ ਰਹੀ ਹੈ ਲੜੀ ਨੰਬਰ ਦੀ ਇਸ ਲਈ ਅਸੀਂ ਸਭ ਤੋਂ ਪਹਿਲਾਂ ਲੜੀ ਨੰਬਰ ਵਾਲਾ ਖਾਨਾ ਦੇਖਾਂਗੇ। ਲੜੀ ਨੰਬਰ ਵਾਲੇ ਖਾਨੇ ਵਿੱਚ 3 ਨੰਬਰ ਤੇ ਰੁਕ ਜਾਵਾਂਗੇ। ਇਸ ਦੇ ਸਾਹਮਣੇ ਜਿਹੜਾ ਪਾਠ ਦਿੱਤਾ ਗਿਆ ਹੈ ਉਹ ਦੋਸਤੀ ਹੈ। ਇਸ ਲਈ ਸਾਡਾ ਸਹੀ ਆਨਸਰ ਦੋਸਤੀ ਹੋਏਗਾ। ਆਓ ਦੇਖੀਏ ਆਪਾਂ ਦੋਸਤੀ ਆਨਸਰ ਕਿੱਥੇ ਦਿੱਤਾ ਗਿਆ ਹੈ ਅਸੀਂ ਦੇਖਦੇ ਹਾਂ ਕਿ ਜਿਹੜਾ ਦੋਸਤੀ ਆ ਉਹ ਸੱਸਾ ਤੇ ਦਿੱਤਾ ਗਿਆ ਇਸ ਲਈ ਸਾਡਾ ਜਿਹੜਾ ਸੱਸਾ ਆਨਸਰ ਸਹੀ ਹੋਏਗਾ ਤਾਂ ਅਸੀਂ ਇਸ ਨੂੰ ਸਰਕਲ ਕਰਦੇ ਹਾਂ ਕੁਐਸਚਨ 10 ਪਾਠ ਦੋਸਤੀ ਕਿਹੜੀ ਬਨਗੀ ਹੈ ਹੁਣ ਇਸ ਵਿੱਚ ਬਨਗੀ ਪੁੱਛਿਆ ਗਿਆ ਸੋ ਅਸੀਂ ਸੂਚੀ ਦੇ ਕਾਲਮ ਨੰਬਰ 3 ਵਿੱਚ ਜਾਵਾਂਗੇ ਇਸ ਵਿੱਚ ਅਸੀਂ ਦੇਖਾਂਗੇ ਕਿ ਪਾਠ ਦੋਸਤੀ ਦੇ ਸਾਹਮਣੇ ਕੀ ਲਿਖਿਆ ਗਿਆ ਹੈ ਪਾਠ ਦੋਸਤੀ ਦੇ ਸਾਹਮਣੇ ਕਵਿਤਾ ਲਿਖਿਆ ਹੋਇਆ ਹੈ ਇਸ ਲਈ ਕੁਐਸਚਨ 3 ਦਾ ਸਹੀ ਆਨਸਰ ਕਵਿਤਾ ਹੋਏਗਾ ਕਵਿਤਾ ਸਾਨੂੰ ਉੜਾ ਤੇ ਦਿੱਤਾ ਗਿਆ ਇਸ ਲਈ ਅਸੀਂ ਅਸੀਂ ਉੜਾ ਨੂੰ ਸਰਕਲ ਕਰ ਦੇਵਾਂਗੇ ਕੁਐਸਚਨ 4 ਕਿਹੜਾ ਕਥਨ ਸਹੀ ਨਹੀਂ ਹੈ ਉੜਾ ਐੜਾ ਈੜੀ ਸਸਾ ਵਿੱਚੋਂ ਆਪਾਂ ਦੇਖਣਾ ਵੀ ਕਿਹੜੀ ਗੱਲ ਜਾਂ ਜਿਹੜਾ ਕਥਨ ਆ ਉਹ ਸਹੀ ਨਹੀਂ ਹੈ ਆਓ ਆਪਾਂ ਪੜ੍ਹਦੇ ਹਾਂ ਉੜਾ ਸੂਚੀ ਵਿੱਚ ਚਾਰ ਕਹਾਣੀਆਂ ਅਤੇ ਦੋ ਕਵਿਤਾਵਾਂ ਦਿੱਤੀਆਂ ਹਨ ਆਓ ਸਭ ਤੋਂ ਪਹਿਲਾਂ ਆਪਾਂ ਇਸੀ ਨੂੰ ਸੂਚੀ 'ਚ ਚੈੱਕ ਕਰਦੇ ਆਂ ਕਿ ਕਹਾਣੀਆਂ ਸਾਨੂੰ 4 ਤੇ ਕਵਿਤਾਵਾਂ 2 ਦਿੱਤੀਆਂ ਹਨ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਕਵਿਤਾਵਾਂ ਦੇ ਦੇ ਆ 1 2 3 ਇਹ ਜਿਹੜਾ ਕਥਨ ਗਲਤ ਹੋ ਗਿਆ ਕਿਉਂਕਿ ਸਾਨੂੰ ਉੱਥੇ ਦੋ ਕਵਿਤਾਵਾਂ ਕਿਹਾ ਗਿਆ ਸੀ ਇੱਥੇ ਕਵਿਤਾਵਾਂ 3 ਹਨ ਇਸ ਤੋਂ ਅਗਲਾ ਦੇਖਦੇ ਆਂ ਪਾਠ ਰੇਲ ਗੱਡੀ ਆਈ ਪੰਨਾ ਨੰਬਰ 21 ਤੇ ਦਰਜ ਹੈ ਰੇਲ ਗੱਡੀ 21 ਤੇ ਨਹੀਂ 28 ਤੇ ਦਰਜ ਹੈ ਇਸ ਲਈ ਇਹ ਵੀ ਗਲਤ ਹੈ ਸੂਚੀ ਵਿੱਚ ਪਾਠ ਵੱਡਾ ਕੌਣ ਸਭ ਤੋਂ ਹੇਠਾ ਹੈ ਜਦੋਂ ਆਪਾਂ ਸੂਚੀ ਦੇਖਾਂਗੇ ਤਾਂ ਦੇਖਦੇ ਆ ਵੀ ਜਿਹੜਾ ਸਭ ਨਾਲੋਂ ਲਾਸਟ ਪਾਠ ਵੱਡਾ ਕੌਣ ਨਹੀਂ ਰੇਲ ਗੱਡੀ ਆਈ ਹੈ ਇਸ ਲਈ ਇਹ ਵੀ ਗਲਤ ਹੈ ਸਸਾਇ ਜੀ ਪ੍ਰੋਕਰ ਸਾਰੇ ਅੱਛਾ ਜਦੋਂ ਆਪਾਂ ਦੇਖਿਆ ਵੀ ਊੜਾ ਵੀ ਸਾਡਾ ਗਲਤ ਆਇਆ ਐੜਾ ਵੀ ਗਲਤ ਆਇਆ ਈੜੀ ਵੀ ਗਲਤ ਆਇਆ ਇਹਦਾ ਮਤਲਬ ਸਹੀ ਆਨਸਰ ਹੋਏਗਾ ਸਾਰੇ ਹੀ ਗਲਤ ਹਨ ਤੇ ਆਪਾਂ ਸਸੇ ਨੂੰ ਸਰਕਲ ਕਰ ਦੇਵਾਂਗੇ ਕੁਐਸਚਨ 5 ਪਾਠ ਦੀਪੂ ਨੇ ਛੁੱਟੀ ਲਈਦਾ ਆਖਰੀ ਪੰਨਾ ਕਿਹੜਾ ਹੈ ਆਪਾਂ ਹੁਣ ਸੂਚੀ ਵਿੱਚ ਦੇਖਾਂਗੇ ਦੀਪੂ ਨੇ ਛੁੱਟੀ ਲਈ ਇਹ ਪਾਠ ਦਾ ਅਖੀਲਾ ਪੰਨਾ ਕਿਹੜਾ ਹੈ ਆਓ ਦੇਖਦੇ ਹਾਂ ਸੂਚੀ ਦੀਪੂ ਨੇ ਛੁੱਟੀ ਲਈ ਪੰਨਾ ਨੰਬਰ 16 ਬੱਚਿਓ ਇਹ ਜਿਹੜੇ ਪੰਨਾ ਨੰਬਰ ਦਿੱਤੇ ਗਿਆ ਇੱਥੋਂ ਪਾਠ ਸ਼ੁਰੂ ਹੁੰਦਾ ਆ ਤੇ ਅਗਲਾ ਪਾਠ ਫਿਰ ਅਗਲੇ ਨੰਬਰ ਜੋ ਦਿੱਤਾ ਉਤੋਂ ਸ਼ੁਰੂ ਹੋਏਗਾ ਹੁਣ ਦੀਪੂ ਨੇ ਛੁੱਟੀ ਲਈ ਪਾਠ ਜਿਹੜਾ ਪੰਨਾ ਨੰਬਰ 16 ਤੋਂ ਸ਼ੁਰੂ ਹੋਇਆ ਤੇ ਉਸ ਤੋਂ ਅਗਲਾ ਪਾਠ ਜਿਹੜਾ ਆ ਵੱਡਾ ਕੋਣ ਉਹ 21 ਨੰਬਰ ਤੋਂ ਸ਼ੁਰੂ ਹੋਇਆ ਫਿਰ ਸਹੀ ਆਨਸਰ ਕੀ ਹੋਣਾ ਚਾਹੀਦਾ ਸਾਡਾ ਸਹੀ ਆਨਸਰ ਹੋਣਾ ਚਾਹੀਦਾ ਹੈ ਬੀ ਆਓ ਦੇਖਦੇ ਹਾਂ ਸਾਨੂੰ ਕਿਹੜੀ ਆਪਸ਼ਨ ਦਿੱਤੀ ਗਈ ਹੈ ਇਸੇ ਵਿੱਚ ਸਾਨੂੰ B ਦੀ ਆਪਸ਼ਨ ਦਿੱਤੀ ਗਈ ਆ ਇਸ ਲਈ ਦੀਪੂ ਨੇ ਛੁੱਟੀ ਲਈ ਦਾ ਆਖਰੀ ਪੰਨਾ B ਹੋਏਗਾ ਤਾਂ ਸਹੀ ਆਨਸਰ ਸਾਡਾ ਹੈ ਜੀ AD ਬੱਚਿਓ ਇਹ ਸੀ ਸਾਡੀ ਅੱਜ ਦੀ ਪੰਜਾਬੀ ਦੀ ਅਭਿਆਸ ਸ਼ੀਟ ਤੁਸੀਂ ਇਸ ਨੂੰ ਬਾਰ ਬਾਰ ਪ੍ਰੈਕਟਿਸ ਕਰੋਗੇ ਇਤੋਂ ਕੁਝ ਸਿੱਖੋਗੇ ਧੰਨਵਾਦ ਬੇਟਾ